ਇਹ ਡਿਸਾਈਡ ਕੀਤਾ ਕਿ ਆਉਣ ਵਾਲੇ ਇੱਕ ਮਹੀਨੇ ਦੇ ਅੰਦਰ ਕੋਈ ਵੀ ਐਸਾ ਪਰਿਵਾਰ ਨਹੀਂ ਜਿਹਦਾ ਕੋਈ ਵੀ ਮਸਲਾ ਪਸਲਾ ਨਾ ਔਰ ਵਿਦ ਇਨ ਦੀ ਨੈਕਸਟ ਵਨ ਵੀਕ ਆਈ ਵਿਲ ਮੇਬੀ ਦੋ ਹਫ਼ਤਿਆਂ ਦੇ ਵਿੱਚ ਮੈਂ ਸਾਰਾ ਡਿਟੇਲ ਪਲਾਨ ਤੁਹਾਨੂੰ ਦੇ ਦੂੰਗਾ ਪਰ ਇਹ 6 ਪਰਿਵਾਰ ਇਹੋ ਜਿਹੇ ਨੇ ਜਿਹਨਾਂ ਦੇ ਬੱਚੇ ਚਲੇ ਗਏ ਆ ਘਰ 'ਚ ਕਮਾਉਣ ਵਾਲਾ ਕੋਈ ਨਹੀਂ ਹੈ ਹਾਲਾਂਕਿ 5-6 ਮਹੀਨੇ ਦਾ ਰਾਸ਼ਨ ਤਾਂ ਅਸੀਂ ਪਹਿਲਾਂ ਦੇ ਹੀ ਦੇ ਚੁੱਕੇ ਹਾਂ ਲੇਕਿਨ ਮੇਰੇ ਬੈਂਕ ਅਕਾਊਂਟ ਦੇ ਵਿੱਚੋਂ 10,000 ਇੱਕ ਫੈਮਿਲੀ ਨੂੰ ਔਰ 7,500 ਬਾਕੀ 5 ਫੈਮਿਲੀਆਂ ਨੂੰ ਇਹ ਸਿੱਧਾ ਮੇਰੀ ਅਕਾਊਂਟ ਦੇ ਵਿੱਚੋਂ ਚਲੇ ਜਾਂਦਾ ਪਰ ਇਹ ਟੈਂਪਰੇਰੀ ਗੱਲ ਨਹੀਂ ਹੈ ਤਾਂ ਉਮਰ ਦੀ ਗੱਲ ਹੈ ਇਸ ਰਾਜਕੁਮਾਰ ਭਾਜੀ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਔਰ ਹੋਰ ਕੌਂਸਲਰ ਸਾਹਿਬਾਨਾਂ ਦੇ ਨਾਲ ਅੱਜ ਫਿਰ ਚੀਫ ਮਿਨਿਸਟਰ ਪੰਜਾਬ ਦੀ ਹਦਾਇਤ ਦੇ ਉੱਤੇ ਇਹ ਕਾਰਜ ਕੀਤਾ ਗਿਆ 107 ਚੈੱਕ ਅਸੀਂ ਅੱਜ ਵੰਡ ਦਿੱਤੇ ਹੈ ਔਰ ਕੁਛ ਕੰਟਰੋਵਰਸ਼ੀਅਲ ਨੇ ਔਰ ਕੁਛ ਦਾ ਪ੍ਰੋਸੀਜਰ ਇਹੋ ਜਿਹਾ ਹੈ ਕਿ ਉੱਥੇ ਕਲੇਮੈਂਟ 2-2 ਨੇ ਇਸ ਕਰਕੇ ਅਗਲੇ ਹੁਣ ਜਿਹੜੇ ਚੈੱਕ ਜਾਣਗੇ ਉਹ ਹਫ਼ਤੇ ਬਾਅਦ ਜਾਣਗੇ ਔਰ ਸਾਨੂੰ ਇੱਕ ਹਫ਼ਤਾ ਲੱਗ ਜਾਣਾ ਟੂ ਐਕਚੁਲੀ ਫਾਈਨਲਾਈਜ਼ ਕਿ ਮੈਰੀਟੋਰੀਅਸ ਕੌਣ ਹੈਗਾ ਔਰ ਕਿਹਨੂੰ ਅਸੀਂ ਚੈੱਕ ਦੇਣੇ ਆ ਲੇਕਿਨ ਅਸੀਂ 90% ਤੋਂ ਵੱਧ ਜੋ ਚੈੱਕ ਦੇਣੇ ਸੀਗੇ ਉਹ ਦੇ ਦਿੱਤੇ ਆ ਔਰ ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਬਾਕੀ ਇਹਨਾਂ 'ਚੋਂ ਤੁਸੀਂ ਪਰਿਵਾਰ ਦੇਖਿਆ 2 ਬਜ਼ੁਰਗ ਆਏ ਸੀਗੇ ਹੁਣੇ ਉਹਨਾਂ ਦਾ ਘਰ ਦਾ ਜਿਹੜਾ ਕਮਾਉਂਦਾ ਬੱਚਾ ਸੀਗਾ ਉਹ ਚਲਾ ਗਿਆ ਇਹ 6 ਪਰਿਵਾਰ ਇਹੋ ਜਿਹੇ ਨੇ ਇਹ ਕੱਲ੍ਹ ਤੋਂ ਹੀ ਸਵੇਰੇ ਇਹਨਾਂ ਦੇ ਜਿਹੜੇ ਬੈਂਕ ਅਕਾਊਂਟ ਨੇ ਇਹ ਮੇਰੀ ਜਿਹੜੀ ਟੀਮ ਹੈਗੀ ਉਹ ਲੈ ਲਈ ਗਈ ਇਹ 6 ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਬੱਚੇ ਚਲੇ ਗਏ ਆ ਘਰ 'ਚ ਕਮਾਉਣ ਵਾਲਾ ਕੋਈ ਨਹੀਂ ਹੈ ਹਾਲਾਂਕਿ 5-6 ਮਹੀਨੇ ਦਾ ਰਾਸ਼ਨ ਤਾਂ ਅਸੀਂ ਪਹਿਲਾਂ ਦੇ ਹੀ ਦੇ ਚੁੱਕੇ ਹਾਂ ਲੇਕਿਨ ਮੇਰੇ ਬੈਂਕ ਅਕਾਊਂਟ ਦੇ ਵਿੱਚੋਂ 10,000 ਇੱਕ ਫੈਮਿਲੀ ਨੂੰ ਔਰ 7,500 ਬਾਕੀ 5 ਫੈਮਿਲੀਆਂ ਨੂੰ ਇਹ ਸਿੱਧਾ ਮੇਰੀ ਅਕਾਊਂਟ ਦੇ ਵਿੱਚੋਂ ਚਲਾ ਜਾਇਆ ਕਰੇਗਾ ਔਰ ਇਹ ਟੈਂਪਰੇਰੀ ਗੱਲ ਨਹੀਂ ਹੈ ਤਾਂ ਉਮਰ ਦੀ ਗੱਲ ਹੈ ਇਸ ਕਰਕੇ ਮੈਂ ਇੱਕ ਵੱਡਾ ਪਲਾਨ ਤੁਹਾਡੇ ਸਾਹਮਣੇ ਬਹੁਤ ਛੇਤੀ ਕਿਉਂਕਿ ਡਿਟੇਲਿੰਗ ਇਹਦੀ ਬਹੁਤ ਜ਼ਿਆਦਾ ਇਹਦੇ 'ਚ ਕੁਛ ਐਸੀਆਂ ਚੀਜ਼ਾਂ ਨੇ ਕਿ ਸਾਨੂੰ ਦੇਖਣਾ ਪੈਂਦਾ ਹੈ ਕਿ ਅਸੀਂ ਕਿਹਨੂੰ ਦੇਣਾ ਹੈ ਕੌਣ ਡਿਜ਼ਰਵ ਕਰਦਾ ਹੈ ਉਹ ਰਿਸਰਚ ਵੀ ਚੱਲ ਰਹੀ ਹੈ ਸੀ ਐਮ ਸਾਹਿਬ ਦਾ ਜਿਹੜਾ ਸੋਸ਼ੋ ਇਕਨੋਮਿਕ ਫੈਬਰਿਕ ਸੀਗਾ ਨੌਕਰੀਆਂ ਅਸੀਂ ਕਿਹਨੂੰ ਕਿਹਨੂੰ ਦੇ ਸਕਦੇ ਹਾਂ ਕਿਹਦੀ ਕਿਹਦੀ ਕੋਨਸਟੀਚੁਐਂਸੀ ਦੀਆਂ ਨੇ ਉਹਨਾਂ ਨਾਲ ਵੀ ਸਲਾਹ ਕਰਨੀ ਪੈਣੀ ਸਾਰੇ MLA ਸਾਹਿਬਾਨ ਇੱਥੇ ਨੇ ਬੜੀ ਦੇਰ ਬਾਅਦ ਇਹ ਹੋਇਆ ਕਿ ਸਾਰੇ MLA ਸਾਹਿਬਾਨ ਵੀ ਅੱਜ ਇੱਥੇ ਨੇ ਅਸੀਂ ਇਹ ਡਿਸਾਈਡ ਕੀਤਾ ਹੈ ਕਿ ਆਉਣ ਵਾਲੇ 1 ਮਹੀਨੇ ਦੇ ਅੰਦਰ ਅੰਦਰ ਕੋਈ ਵੀ ਐਸਾ ਪਰਿਵਾਰ ਨਹੀਂ ਰਹੂਗਾ ਜਿਹਦਾ ਕੋਈ ਵੀ ਮਸਲਾ ਬਾਕੀ ਬਚੂਗਾ ਔਰ ਵਿਦ ਇਨ ਦੀ ਨੈਕਸਟ 1 ਵੀਕ ਆਈ ਵਿਲ ਮੇਬੀ ਦੋ ਹਫ਼ਤਿਆਂ ਦੇ ਵਿੱਚ ਮੈਂ ਸਾਰਾ ਡਿਟੇਲ ਪਲਾਨ ਤੁਹਾਨੂੰ ਦੇ ਦੂੰਗਾ ਪਰ ਜਿਹੜੇ ਜ਼ਰੂਰੀ ਸੀ ਪ੍ਰਾਇਰਟੀ ਵਾਈਜ਼ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਸੀਗਾ ਉਹ 6 ਫੈਮਿਲੀ ਸੀਗੀਆਂ ਉਹ 6 ਫੈਮਿਲੀਜ਼ ਦਾ ਕੱਲ੍ਹ ਤੋਂ ਮੇਰੀ ਤਨਖਾਹ ਦੇ ਵਿੱਚੋਂ ਉਹ ਪੈਸਾ ਜਾਣ ਲੱਗ ਜੂਗਾ ਔਰ ਫਿਰ ਅਸੀਂ 2-3 ਦਿਨਾਂ ਦੇ ਬਾਅਦ ਫਿਰ ਰਿਵਿਊ ਕਰਾਂਗੇ ਸਾਰੇ ਬੈਠਾਂਗੇ ਔਰ ਜਿਸ ਤਰ੍ਹਾਂ ਸੋਨੀ ਸਾਹਿਬ ਔਰ ਦੇਖੋ ਇਹ 5 MLA ਨਹੀਂ ਹੈਗੇ 15 ਲੱਖ ਲੋਕਾਂ ਦੀ ਆਵਾਜ਼ ਨੇ ਸੋ ਜੋ ਇਹ ਡਿਸਾਈਡ ਕਰਨਗੇ ਫਿਰ ਉਸੇ ਤਰੀਕੇ ਨਾਲ ਅਸੀਂ ਨੌਕਰੀਆਂ ਦੇ ਵੱਲ ਵੀ ਅੱਗੇ ਵਧਾਂਗੇ ਔਰ ਜਿਹਨੂੰ ਸਾਡਾ ਇਹੀ ਇੱਕ ਪਰਪਸ ਹੈ ਕਿ ਸਭ ਨੂੰ ਸੈਟਲ ਕਰ ਦਈਏ ਔਰ ਆਪਣੇ ਪੈਰਾਂ ਦੇ ਉੱਤੇ ਖੜਾ ਕਰ ਦਈਏ ਤਾਂ ਕਿ ਸਮਾਜ ਦੇ ਵਿੱਚ ਸਮਾਨਤਾ ਹੋਵੇ ਔਰ ਸਨਮਾਨ ਹੋਵੇ ਉਹਨਾਂ ਸਾਰਿਆਂ ਦੇ ਲਈ ਥੈਂਕ ਯੂ ਵੈਰੀ ਮਚ ਦੇਖੋ ਅੱਜ ਕਿਸੇ ਪੇਪਰ ਦੇ ਵਿੱਚ ਖਬਰ ਛਪੀ ਹੈ ਕਿ ਪੁਲਿਸ ਨੇ ਨੋਟਿਸ ਦੇ ਦਿੱਤਾ ਸੀਗਾ ਰਾਈਟ ਔਰ 4-5 ਘੰਟੇ ਪਹਿਲਾਂ ਰੇਲ ਵਾਲਿਆਂ ਨੂੰ ਪਤਾ ਸੀਗਾ ਵੀ ਉੱਥੇ ਬੰਦੇ ਖੜ੍ਹੇ ਹੈ ਨਹੀਂ ਇਹ ਗੱਲਾਂ ਹੁਣ ਉਂਗਲਾਂ ਚੱਕਣ ਵਾਲੀਆਂ ਨੇ ਮੈਂ ਉਹ ਗੱਲਾਂ ਕਰਨਾ ਨਹੀਂ ਚਾਹੁੰਦਾ ਜਦੋਂ ਇੱਕ ਇਨਕੁਆਇਰੀ ਚੱਲ ਰਹੀ ਹੈ ਇੱਕ ਪ੍ਰੋਬ ਹੋ ਰਿਹਾ ਬਟ ਅਸੀਂ ਰੇਲਵੇ ਤੋਂ ਵੀ ਇਹ ਮੰਗ ਕਰਾਂਗੇ ਕਿ ਸੱਚ ਸਾਹਮਣੇ ਆਵੇ ਔਰ ਕਿਉਂਕਿ ਇੰਨੀਆਂ ਜਾਨਾਂ ਗਈਆਂ ਨੇ ਇਹਨਾਂ ਦੀ ਭਰਪਾਈ ਨਹੀਂ ਹੋ ਸਕਦੀ ਲੇਕਿਨ ਇਹ ਜ਼ਰੂਰੀ ਹੈ ਕਿ ਅਗਰ ਕੋਈ ਜ਼ਿੰਮੇਦਾਰ ਹੈ ਤਾਂ ਉਹਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਉਹ ਤੁਹਾਨੂੰ ਕੱਲ੍ਹ ਪਤਾ ਲੱਗ ਜੂ ਮੈਂ ਕਿਹਾ ਉਹ ਤੁਹਾਨੂੰ ਕੱਲ੍ਹ ਪਤਾ ਲੱਗ ਜੂ ਮੈਂ ਕੀ ਆਖਿਆ ਤੁਸੀਂ ਕੱਲ ਉੱਥੇ ਹੀ ਕਿਉਂ ਰੰਗ ਚ ਭੰਗਲ ਪਾਣ ਡਿਆ ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ 1 ਘੰਟੇ ਦੇ ਵਿੱਚ ਹੱਲ ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ ਵਿਆਹ ਦੇ ਵਿੱਚ ਦੇਰੀ ਪਿਆਰ ਵਿਆਹ
प्यार दे विच धोखा खाए प्रेमिका प्रेमी तुरंत मिलो, तुहाडा प्यार टुटण नहीं देवांगे। हर समस्या का हल 101% गारंटी दे नाल करांगे। काले इलम दा समाधान गारंटी दे नाल कराओ। पुराने तो पुराना जादू जड़ तो खत्म। संपर्क करो 97817 71820।